si sergano. Sale duc suc sare, racne sombal che. E quindi, sale duc suc sare, racne sombal che. Rabne milaya cade, ucciange vital che. Mitti mitti pirda. ਬਹੁਤ ਹੀ ਵਧੀਆ ਤਰੀਕੇ ਨਾਲ ਮੰਨਿਆ ਮੈਂ ਕਦੇ ਜੌਬ ਨੂੰ ਜੌਬ ਸਮਝੇ ਨਹੀਂ ਮੈਂ ਜਦੋਂ ਵੀ ਬੈਂਕ ਘਰੋਂ ਆ ਗਿਆ ਤਾਂ ਮੇਰਾ ਇੱਕੋ ਹੀ ਨਿਸ਼ਾਨਾ ਰਹਿੰਦਾ ਸੀ ਕਿ ਮੇਰਾ ਜਿਹੜਾ ਵੀ ਕਸਟਮਰ ਆਇਆ ਮੇਰੀ ਹਰ ਵਕਤ ਦਿਲੋਂ ਕੋਸ਼ਿਸ਼ ਹੁੰਦੀ ਸੀ ਕਿ ਮੈਂ ਉਹਨੂੰ ਵਾਪਸ ਨਾ ਮੋੜਾਂ ਮੈਂ ਮੇਰੇ ਕੋਲ ਕੰਮ ਹੈ ਸੀ ਜਾਂ ਨਹੀਂ ਸੀ ਜੇ ਮੇਰੇ ਕੋਲ ਆ ਗਿਆ ਤਾਂ ਮੇਰੀ ਕੋਸ਼ਿਸ਼ ਹੁੰਦੀ ਮੈਂ ਜ਼ਰੂਰ ਕੰਮ ਕਰਾਂ ਔਰ ਕਈ ਵਾਰੀ ਮੈਨੂੰ ਲੋਕ ਪੁੱਛਦੇ ਸੀ ਮਜ਼ਾਕ ਪੁੱਛਦੇ ਸੀ ਬਾਊ ਜੀ ਤੁਹਾਡੀ ਪੋਸਟ ਕੀ ਹੈ ਤਾਂ ਮੇਰਾ ਇੱਕੋ ਹੀ ਜਵਾਬ ਹੁੰਦਾ ਸੀ ਤੁਹਾਨੂੰ ਦੱਸੋ ਕੰਮ ਕਿਹੜਾ ਚਾਹੀਦਾ ਪੀਐਨ ਦਾ ਚਾਹੀਦਾ ਤਾਂ ਮੇਰੀ ਪੀਐਨ ਦੀ ਪੋਸਟ ਹੈ ਕੈਸ਼ੀਅਰ ਦਾ ਚਾਹੀਦਾ ਮੇਰੀ ਕੈਸ਼ੀਅਰ ਦੀ ਪੋਸਟ ਹੈ ਕਲਰਕ ਦਾ ਕੰਮ ਚਾਹੀਦਾ ਤਾਂ ਕਲਰਕ ਦੀ ਪੋਸਟ ਹੈ ਤੁਸੀਂ ਦੱਸੋ ਤੁਹਾਨੂੰ ਕੰਮ ਕਿਹੜਾ ਮੈਂ ਹਮੇਸ਼ਾ ਹੀ ਆਪਣਾ ਕੰਮ ਤਨ ਮਨ ਧਨ ਦਿਲੋਂ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹ ਉਸ ਦਾ ਨਤੀਜਾ ਹੀ ਹੈ ਕਿ ਅੱਜ ਮੈਨੂੰ ਜੋ ਮਾਣ ਪਿਆਰ ਸਤਿਕਾਰ ਜੋ ਮਿਲ ਰਿਹਾ ਹੈ ਮੇਰੀ ਪਰਮਾਤਮਾ ਨੇ ਮਤਲਬ ਮੇਰੀ ਬਹੁਤ ਹੀ ਸੁਣੀ ਔਰ ਬਹੁਤ ਹੀ ਮਿਹਰਬਾਨੀ ਰੱਖੀ ਜਿਸ ਅੱਜ ਮੈਂ ਜੋ ਵੀ ਹੈ ਮੈਂ 40 ਸਾਲ ਦੇ ਲਗਭਗ ਸਰਵਿਸ ਕਰ ਲਈ ਇਸ ਇਲਾਕੇ ਵਿੱਚ ਰਿਹਾ ਇਸ ਇਲਾਕੇ ਵਿੱਚ ਰਹਿੰਦੇ ਰਹਿੰਦੇ ਮੈਨੂੰ ਇੱਕ ਬਹੁਤ ਵਧੀਆ ਇੰਸੀਡੈਂਟ ਯਾਦ ਆ ਰਿਹਾ ਕਿ ਇੱਥੋਂ ਮੇਰੀ ਟ੍ਰਾਂਸਫਰ ਹੋ ਗਈ ਮੁਦਕੀ ਅਤੇ ਮੁਦਕੀ ਤੋਂ ਅਚਾਨਕ ਮੈਨੂੰ ਟ੍ਰਾਂਸਫਰ ਆਰਡਰ ਇੱਥੋਂ ਦੇ ਆਰਡਰ ਹੋਇਆ ਤਾਂ ਉੱਥੇ ਇੱਕ ਸਰਪੰਚ ਸਾਹਿਬ ਆਏ ਉਹਨੂੰ ਪਤਾ ਲੱਗਾ ਵਿਜੇ ਕੁਮਾਰ ਦੀ ਟ੍ਰਾਂਸਫਰ ਹੋ ਗਈ ਤਾਂ ਉਹ ਕਹਿੰਦੇ ਜੀ ਤੁਹਾਡੀ ਟ੍ਰਾਂਸਫਰ ਕਿਹਨੇ ਕਰਾਤੀ ਮੈਂ ਕਿਹਾ ਕਿਸੇ ਨੇ ਨਹੀਂ ਕਰਾਈ ਉਹ ਕਹਿੰਦਾ ਮੈਂ ਸਰਪੰਚ ਹੀ ਛੱਡ ਜੂੰਗਾ ਜੇ ਤੁਹਾਡੀ ਟ੍ਰਾਂਸਫਰ ਮੈਂ ਇੱਕ ਹਫ਼ਤੇ 'ਚ ਕੈਂਸਲ ਨਾ ਕਰਾ ਲਿਆ ਮਤਲਬ ਮੈਨੂੰ ਇੰਨਾ ਪਿਆਰ ਮਿਲਿਆ ਮੈਂ ਉਹਨਾਂ ਨੂੰ ਮਿੰਨਤਾਂ ਕਰਕੇ ਕਿਹਾ ਨਹੀਂ ਜੀ ਮੇਰੀ ਟ੍ਰਾਂਸਫਰ ਕੈਂਸਲ ਨਾ ਕਰਾਇਆ ਕਿਉਂਕਿ ਮੈਂ ਤਾਂ ਤਲਵੰਡੀ ਭਾਈ ਜਾ ਰਿਹਾ ਮਤਲਬ ਇਹ ਸਾਰਾ ਕੰਮ ਦਾ ਹੀ ਨਤੀਜਾ ਹੈ ਮੈਂ ਆਪਣੇ ਜਿਹੜੇ ਜੂਨੀਅਰਸ ਨੇ ਉਹਨਾਂ ਨੂੰ ਵੀ ਇਹੀ ਕਹੂੰਗਾ ਕਿ ਕੰਮ ਹੀ ਜੀਵਨ ਹੈ ਜਿੰਨਾ ਤੁਸੀਂ ਕੰਮ ਕਰੋਗੇ ਤੁਹਾਡੇ ਕੰਮ ਦਾ ਹੀ ਮੁੱਲ ਪਏਗਾ ਅੱਜ ਜੋ ਵੀ ਮੇਰਾ ਵਜੂਦ ਹੈ ਜੇ ਮੈਂ ਵਿਜੇ ਕੁਮਾਰ ਬੈਂਕ ਵਾਲਾ ਬਣ ਸਕਿਆ ਤਾਂ ਉਹ ਇਸ ਕਰਕੇ ਬਣ ਸਕਿਆ ਕਿ ਮੈਂ ਕਦੇ ਵੀ ਕੰਮ ਤੋਂ ਜੀ ਨਹੀਂ ਛੁਡਾਇਆ ਹਮੇਸ਼ਾ ਕੰਮ ਨੂੰ ਪਹਿਲ ਦਿੱਤੀ ਹੈ।